ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਦੇ ਟਿੱਬਾ ਰੋਡ ਚਿਕਨ ਕਾਰਨਰ ਤੇ ਸ਼ਰਾਬ ਪੀ ਰਹੇ ਗੁੱਟ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਭਿੜ ਗਏ ਅਤੇ ਇੱਕ ਗੁੱਟ ਨੇ ਦੂਸਰੇ ਗੁੱਟ ਦੇ 5 ਲੋਕਾਂ ਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਬਾਅਦ 'ਚ ਕੁੱਟੇ ਗਏ ਗਰੁੱਪ ਦੇ ਲੋਕ ਆਪਣੇ 20-25 ਸਾਥੀਆਂ ਨੂੰ ਨਾਲ ਲੈ ਕੇ ਵਾਪਸ ਆਏ ਅਤੇ ਦੁਕਾਨ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰ ਦੇ ਹੱਥਾਂ 'ਚ ਲੰਮੀਆਂ ਤਲਵਾਰਾਂ ਅਤੇ ਕੋਲਡ ਡਰਿੰਕਸ ਦੀਆਂ ਬੋਤਲਾਂ ਸਨ ਅਤੇ ਹਮਲਾਵਰ ਸ਼ਰੇਆਮ ਲੰਮੀਆਂ ਤਲਵਾਰਾਂ ਲਹਿਰਾਉਂਦੇ ਦਿਸੇ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਮੌਕੇ ਦੁਕਾਨਦਾਰ ਸਰਬਜੀਤ ਸਿੰਘ ਨੇ ਪੁਲਿਸ ਕੰਟਰੋਲ ਰੂਮ 'ਚ ਹਮਲੇ ਦੀ ਜਾਣਕਾਰੀ ਦਿੱਤੀ। ਉਸ ਸਮੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੈਂ ਬਿੰਦਰਾ ਚਿਕਨ ਤੋਂ ਬੋਲ ਰਿਹਾ ਜੀ। ਆਪਣਾ ਰਾਤੀ 7:30 ਵਜੇ ਤੋਂ 2 ਗੁੱਟ ਬੈਠੇ ਹੋਏ ਮੇਰੇ ਕੋਲ ਅਤੇ ਆਪਸ ਦੇ ਵਿੱਚ ਖਾਣਾ ਖਾ ਰਹੇ ਸੀਗੇ ਉੱਪਰ। ਉਸ ਤੋਂ ਬਾਅਦ ਇੱਕ ਗੁੱਟ ਨੇ ਦੂਜੇ ਗੁੱਟ ਨੂੰ ਬੋਲਿਆ, ਕਹਿੰਦਾ ਵੀ ਤੁਸੀਂ 5 ਬੰਦੇ ਹੋ, ਅਸੀਂ ਵੀ 5 ਬੰਦੇ ਹਾਂ, ਅਸੀਂ ਤੁਹਾਡੇ ਨਾਲ ਲੜਨਾ ਹੈ। ਉਹ ਕਹਿੰਦੇ ਵੀ ਅਸੀਂ ਕਿਉਂ ਲੜਨਾ ਤੁਹਾਡੇ ਨਾਲ, ਅਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਲੋੜ ਨਹੀਂ ਹੈਗੀ ਲੜਨ ਦੀ। ਅਤੇ ਉਸ ਤੋਂ ਬਾਅਦ ਥੱਲੇ ਆ ਕੇ ਖਾਣਾ ਖੁਣਾ ਖਾ ਕੇ ਆਪਣਾ ਥੱਲੇ ਆ ਗਏ। ਥੱਲੇ ਆ ਕੇ ਉਹਨਾਂ ਨੇ ਇੱਕ ਬੰਦੇ ਨੂੰ ਫੋਨ ਮਾਰਿਆ, ਉਹ 25-30 ਬੰਦੇ ਲੈ ਕੇ ਆ ਗਿਆ ਨਾਲ ਹੀ, ਜਿਹੜੇ ਉੱਪਰ ਬੈਠੇ ਸੀ ਦੂਜੇ ਗੁੱਟ ਦੇ ਬੰਦੇ, ਉਹਨਾਂ ਨੂੰ ਆ ਕੇ ਚੰਗਾ ਉਹਨਾਂ ਨੇ ਕੁੱਟਿਆ ਕੱਟਿਆ। ਕੁੱਟਣ ਤੋਂ ਬਾਅਦ ਉਹ ਚਲੇ ਗਏ, ਭੱਜ ਗਏ ਸਾਰੇ। ਉਸ ਤੋਂ ਬਾਅਦ ਜਿਸ ਬੰਦੇ ਨੇ ਕੁੱਟ ਖਾਧੀ ਹੈ ਉਹਨਾਂ ਨੇ ਆਪਣੇ ਬੰਦਿਆਂ ਨੂੰ ਫੋਨ ਮਾਰਿਆ, ਉਹ ਬੰਦੇ ਆ ਗਏ ਇੱਥੇ ਫਟਾਫਟ। ਉਹਨਾਂ ਦੇ ਬੰਦੇ ਜਦੋਂ ਇੱਥੇ ਆਏ ਅਤੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਪੁੱਛਿਆ ਵੀ ਉਹ ਬੰਦੇ ਕਿੱਥੇ ਹੈਗੇ ਨੇ, ਉਹ ਕਹਿੰਦੇ ਜੀ ਉਹ ਤਾਂ ਹੈ ਨਹੀਂ ਗਏ ਇੱਥੇ, ਉਹ ਇੱਥੋਂ ਚਲੇ ਗਏ ਨੇ। ਉਹਨਾਂ ਨੇ ਫਿਰ ਸਾਡੀ ਦੁਕਾਨ ਦੇ ਉੱਤੇ ਹਮਲਾ ਕੀਤਾ, ਸਾਡੇ ਅੰਦਰੋਂ ਕੈਸ਼ ਕੱਢ ਕੇ ਲੈ ਕੇ ਗਏ ਨੇ। ਘੱਟੋ ਘੱਟ ਇਹਦੇ ਵਿੱਚ 20-25,000 ਰੁਪਇਆ ਕੈਸ਼ ਪਿਆ ਸੀਗਾ ਮੇਰਾ, ਉਹ ਕੱਢ ਕੇ ਲੈ ਗਏ। ਉਲਟਾ ਮੁੰਡਿਆਂ ਨੂੰ ਮਾਰਿਆ ਵੀ ਇਹਨਾਂ ਨੇ, ਤੋੜ ਭੰਨ ਉੱਪਰ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ, ਮਤਲਬ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ। ਉਹ ਅੰਦਰ ਉੱਪਰ ਵੀ ਲੈ ਕੇ ਗਏ ਜੀ ਬੋਤਲਾਂ, ਸਾਹਮਣੇ ਦੀਵਾਰ ਦੇ ਵੀ ਉਹ ਦੇਖੋ ਨਿਸ਼ਾਨ ਪਏ ਹੋਏ ਨੇ, ਆ ਇੱਥੇ ਉੱਪਰ ਵੀ ਪਏ ਹੋਏ ਨੇ ਨਿਸ਼ਾਨ, ਬੋਤਲਾਂ ਵਗੈਰਾ, ਸਾਹਮਣੇ ਸ਼ੀਸ਼ੇ ਲੱਗੇ ਹੋਏ ਨੇ, ਸਾਰੇ ਭੰਨ ਕੇ ਗਏ ਨੇ। ਔਰ ਨੰਗੀਆਂ ਕਿਰਪਾਨਾਂ ਸੀ ਉਹਨਾਂ ਕੋਲ, ਔਰ ਨਲਕਿਆਂ ਦੇ ਉਹਨਾਂ ਕੋਲ ਹੱਥੀਆਂ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ ਮਾਰੀਆਂ। ਔਰ ਕੁਦਰਤੀ ਸਾਡੇ ਇੱਕ ਬੱਚਾ ਸੀਗਾ, ਉਹਦਾ ਬਚਾਅ ਹੋ ਗਿਆ, ਨਹੀਂ ਤਾਂ ਉਹਦੀ ਲੱਤ ਵੱਢੀ ਜਾਣੀ ਸੀਗੀ ਬਹੁਤ ਜ਼ਬਰਦਸਤ। LED ਸੀਗੀ, LED ਸਾਡੀ ਟੁੱਟ ਗਈ ਹੈਗੀ ਹੈ, ਸਾਰਾ ਮਤਲਬ ਕਾਊਂਟਰ ਪੂਰਾ ਭੰਨ ਕੇ ਗਏ ਨੇ, ਬਹੁਤ ਜ਼ਬਰਦਸਤ ਭੰਨ ਕੇ ਗਏ ਨੇ। ਇਹ ਘੱਟੋ ਘੱਟ ਸੀਗੇ ਜੀ 20-25 ਬੰਦੇ, ਘੱਟੋ ਘੱਟ 2 ਦਰਜਨ ਬੰਦੇ ਸੀਗੇ। ਪੁਲਿਸ ਦੀ ਜੀ ਮੈਂ ਘੱਟੋ ਘੱਟ 40-45 ਫੋਨ ਕੀਤੇ ਨੇ ਉਹਨਾਂ ਨੂੰ 100 ਨੰਬਰ ਦੇ ਉੱਤੇ, ਕਿਸੇ ਦਾ ਕੋਈ ਮਤਲਬ ਵੀ ਮੈਨੂੰ ਹੋਇਆ ਨੀਗਾ, ਉਹਨਾਂ ਦਾ ਨੰਬਰ ਬੀਜੀ ਚੱਲ ਰਿਹਾ ਸੀਗਾ। ਅਖੀਰ ਫਿਰ ਮੈਂ ਪ੍ਰੈਸ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਨੇ ਫਿਰ 100 ਨੰਬਰ ਦੇ ਉੱਤੇ ਮਤਲਬ ਵੀ ਭੇਜਿਆ ਨੰਬਰ, ਅਤੇ ਉੱਥੋਂ ਫਿਰ ਪੁਲਿਸ ਵਾਲੇ ਆਏ ਅਤੇ ਜਾ ਕੇ ਮੇਰੇ ਕੋਲ 1.5 ਘੰਟੇ ਬਾਅਦ ਆ ਕੇ ਇੰਚਾਰਜ ਸਾਹਿਬ ਜਿਹੜੇ ਮੇਰੇ ਕੋਲ ਆਏ ਨੇ। ਜਦ ਨੂੰ ਕੰਮ ਕਰ ਨਹੀਂ, ਦੁਕਾਨਦਾਰਾਂ ਦੇ ਨਾਲ ਨਹੀਂ ਕਿਤੇ ਹੋਇਆ ਜੀ, ਨਾਲ ਠੇਕੇ ਵਾਲਿਆਂ ਦੇ ਉੱਤੇ ਹੋਇਆ, ਅਤੇ ਆਪਣਾ ਕੀ ਕਹਿੰਦੇ ਨੇ ਉਹਨਾਂ ਨੇ ਸ਼ਟਰ ਬੰਦ ਕਰ ਲਿਆ, ਸਾਡਾ ਸ਼ਟਰ ਖੁੱਲ੍ਹਾ ਸੀ, ਸਾਡੇ ਅੰਦਰ ਬੋਤਲਾਂ ਮਾਰੀਆਂ, ਮੁੰਡਿਆਂ ਨੂੰ ਭੰਨਿਆ, ਬਹੁਤ ਜ਼ਬਰਦਸਤ ਬਹੁਤ ਜ਼ਿਆਦਾ ਵਧੀ ਗਈ ਜੀ। ਢਿੱਲ ਹੈਗੀ ਜੀ, ਹਜੇ ਤੱਕ ਕੋਈ ਕਾਰਵਾਈ ਨਹੀਂ ਪਈ ਹੈ ਜੀ ਸਾਡੀ, ਕੋਈ ਥਾਣੇ 'ਚੋਂ ਕੋਈ ਫੋਨ ਨਹੀਂ ਆਇਆ, ਨਾ ਕੋਈ ਗੱਲ ਹੋਈ ਹੈ, ਅਸੀਂ ਬੈਠੇ ਉਹਨਾਂ ਦੇ ਫੋਨ ਦੀ ਇੰਤਜ਼ਾਰ ਕਰਦੇ ਪਏ, ਕਹਿੰਦੀ SHO ਆਉਣਗੇ ਫਿਰ ਗੱਲ ਹੋਏਗੀ ਜੀ। ਦੂਜੇ ਪਾਸੇ ਥਾਣਾ ਟਿੱਬਾ ਦੀ ਪੁਲਿਸ ਨੇ CCTV ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।